ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਵਿੱਚ ਮਾਯੂਸੀ ਦਾ ਆਲਮ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਆਖ ਚੁੱਕੇ ਹਨ। ਹੁਣ ਅਕਾਲੀ ਦਲ ਦੇ ਬੁਲਾਰੇ ਤੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹਾ ਖੱਤ ਲਿਖ ਕੇ ਪਾਰਟੀ ਨੂੰ ਮੁੜ ਖੜੀ ਕਰਨ ਲਈ ਪੰਚ ਪ੍ਰਧਾਨਗੀ ਬਣਾਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਧੀ ਵਿਧਾਨ ਮੁਤਾਬਕ ਮਾਫ਼ੀ ਮੰਗਣ ਦਾ ਸੁਝਾਅ ਦਿੱਤਾ ਹੈ। ਬਰਾੜ ਨੇ ਕਿਹਾ ਕਿ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ, ਸਾਡੇ ਨਾਲ ਪ੍ਰਮਾਤਮਾ ਰੁਸਿਆ ਹੈ ਤਾਂ ਹੀ ਇੰਨੀ ਮਾੜੀ ਹਾਲਤ ਹੋਈ ਹੈ। ਬੀਬੀ ਹਰਸਿਮਰਤ ਕੌਰ ਬਾਦਲ ਇਸ ਲਈ ਜਿੱਤੇ ਕਿਉਂਕਿ ਉਹ ਡੇਰੇ ਦੀ ਮਾਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ। ਜੇਕਰ ਪੰਚ ਪ੍ਰਧਾਨਗੀ ਨਹੀਂ ਬਣਾਉਣੀ ਚਾਹੁੰਦੇ ਤਾਂ ਬੇਨਤੀ ਹੈ ਕਿ ਲਿਖਤੀ ਮਾਫ਼ੀ ਮੰਗ ਜ਼ਰੂਰ ਲਈਏ, ਇਸ ਨਾਲ ਪਾਰਟੀ ਇੱਕ ਮਹੀਨੇ ਵਿੱਚ ਖੜੀ ਹੋ ਜਾਵੇਗੀ। ਪਿਛਲੇ 3 ਸਾਲਾਂ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗ ਦਿਲ ਇਨਸਾਨ ਅਫਸਰਾਂ ਨਾਲ ਤੁਸੀਂ ਚੱਲ ਕੇ ਦੇਖ ਲਿਆ, ਹੁਣ ਇੱਕ ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜ੍ਹਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣ ਜਾਵੋਗੇ। ਪਾਰਟੀ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਨਹੀਂ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ। ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਰਾਜਾ ਵੜਿੰਗ ਆਪਣੇ ਪੁਰਾਣੇ ਦੋਸਤ ਨਾਲ ਬੈਠ ਕੇ ਚਾਹ ਪੀਂਦੇ ਨਜ਼ਰ ਆਏ। ਉਹਨਾਂ ਕਿਹਾ ਕਿ ਪੁਰਾਣੇ ਮਿੱਤਰ ਨੂੰ ਮਿਲ ਕੇ ਦਿਲ ਖੁਸ਼ ਹੋ ਗਿਆ, ਜਦ ਅੱਜ ਇੱਥੋਂ ਦੀ ਲੰਘ ਰਿਹਾ ਸੀ ਤਾਂ ਚਾਹ ਦਾ ਕੱਪ ਆਪਣੇ ਜਿਗਰੀ ਯਾਰ ਨਾਲ ਸਾਂਝਾ ਕੀਤਾ। ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ। ਵੜਿੰਗ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬਹਿੰਦਾ ਨੀ ਜਿਵੇਂ ਤੁਸੀਂ ਅੱਜ ਬੈਠੇ ਹੋ, ਆ ਕੇ ਭੁੱਲ ਜਾਂਦਾ ਮੇਰਾ ਯਾਰ ਹੈ ਪੱਕਾ ਜੀ। ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ, ਪੁੱਛ ਲਾ ਆਏ ਵਾਰੀ 3 ਵਾਰੀ 4 ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜੇ ਮੈਂ ਇੱਥੋਂ ਦੀ ਨੰਗਾ। ਅਕਸਰ ਕਾਜੂ ਬਦਾਮਾਂ ਵਾਲੀ ਵੀ ਚਾਹ ਮਿਲ ਜਾਂਦੀ ਹੈ ਨਾ, ਅੱਜ ਸਿੰਪਲ ਚਾਹ ਮਿਲ ਰਹੀ ਹੈ, ਕਿਹੋ ਜਿਹੀ ਲੱਗ ਰਹੀ? ਕਾਜੂ ਬਦਾਮਾਂ ਵਾਲੀ ਵੀ ਪੀਨੇ ਇਹ ਵੀ ਪੀਨੇ, ਇਹਦੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਉਹੀ ਕਰਦੀ। ਅਸੀਂ ਤਾਂ ਦਰ ਦਰ ਦੇ ਹਰ ਦਰ ਤੇ ਜਾਣਾ, ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾਹ ਜਾਂਦੀ। ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੀ ਜੀ? ਕਿੰਨੇ ਚਿਰ? ਮੇਰਾ ਖਿਆਲ ਮਗਰਲੇ 12-13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਜੇ ਵੜਿੰਗ ਦਾ ਪੱਕਾ ਹੈ। ਆਹ ਦੇਖ ਲਾ, ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ, ਹੁਣ ਮੈਨੂੰ ਆਉਂਦੇ ਨੂੰ ਉਹਨਾਂ ਵਿਖਾਇਆ। ਜਿੰਨਾ ਚਿਰ ਹੈਗੀ ਲੱਗਦਾ ਨੀ ਕਿਤੇ ਪਿੱਠ ਨੀ ਵਿਖਣੀ ਪਊਗੀ ਕਦੇ? ਬਿਲਕੁਲ ਨੀ। ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਵਿੱਚ ਇਹਨੀ ਦਿਨੀ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਪਿਛਲੇ 15 ਦਿਨਾਂ ਤੋਂ ਦਿੱਲੀ ਦਾ ਤਾਪਮਾਨ ਲਗਭਗ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ ਭਾਰਤ ਮੌਸਮ ਵਿਭਾਗ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਦੱਖਣੀ ਪੱਛਮੀ ਮਾਨਸੂਨ ਦੇ ਸਰਗਰਮ ਹੋਣ ਦੀ ਮਿਤੀ ਦੀ ਵੀ ਜਾਣਕਾਰੀ ਦਿੱਤੀ ਹੈ। IMD ਨੇ ਕਿਹਾ ਕਿ ਜੂਨ ਦੇ ਅੰਤ ਤੱਕ ਮਾਨਸੂਨ ਦੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। IMD ਮੁਤਾਬਕ ਫਿਲਹਾਲ ਦਿੱਲੀ ਦੇ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਦੱਸਿਆ ਕਿ ਹਜੇ ਕੁਝ ਸਮਾਂ ਹੋਰ ਗਰਮੀ ਸਹਿਣੀ ਪਵੇਗੀ। ਉੱਥੇ ਹੀ IMD ਨੇ ਕਿਹਾ ਕਿ 27 ਜੂਨ ਦੇ ਆਸ ਪਾਸ ਇਸ ਮਹੀਨੇ ਦੇ ਅੰਤ ਤੱਕ ਪੰਜਾਬ ਦਿੱਲੀ ਵਿੱਚ ਮਾਨਸੂਨ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। IMD ਦੇ ਬੁਲੇਟਿਨ ਦੇ ਅਨੁਸਾਰ ਪੰਜਾਬ ਵਿੱਚ 27 ਜੂਨ ਦੇ ਆਸ ਪਾਸ ਮਾਨਸੂਨ ਦਸਤਕ ਦੇ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੈਥਲ ਮਾਮਲੇ ਨੂੰ ਲੈ ਕੇ ਭਾਜਪਾ ਤੇ ਨਿਸ਼ਾਨਾ ਸਾਧਿਆ। ਚਰਨਜੀਤ ਚੰਨੀ ਨੇ ਕਿਹਾ ਕਿ ਕੈਥਲ ਵਿੱਚ ਵਾਪਰੀ ਘਟਨਾ ਜਿਸ ਵਿੱਚ ਇੱਕ ਸਿੱਖ ਨੌਜਵਾਨ ਨੂੰ ਡੰਡਿਆ ਨਾਲ ਕੁੱਟਿਆ ਗਿਆ ਸੀ, ਭਾਜਪਾ ਦੀ ਨਫ਼ਰਤ ਫੈਲਾਉਣ ਦੇ ਤਰੀਕੇ ਦਾ ਨਤੀਜਾ ਹੈ। ਚਰਨਜੀਤ ਚੰਨੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਕਿਸਮ ਦੀ ਅੰਦਰੂਨੀ ਲੜਾਈ ਨਹੀਂ ਹੈ। ਕੰਗਣਾ ਰਣੌਤ ਨੇ ਬਿਆਨ ਦਿੱਤਾ ਹੈ ਕਿ ਇੱਥੇ ਸਿੱਖ ਖਾਲਿਸਤਾਨੀ ਹਨ, ਅਜਿਹਾ ਕੁਝ ਵੀ ਨਹੀਂ ਹੈ, ਇੱਥੇ ਸਭ ਵਿੱਚ ਪਿਆਰ ਹੈ। ਇੱਕ ਸਿੱਖ ਨੌਜਵਾਨ ਕੋ ਬੱਟੋਂ ਸੇ ਮਾਰਾ ਗਿਆ ਹੈ, ਇਹ ਅਸਲ ਮੇਂ
बीजेपी की जो नफरत फैलाने का तरीका है उसका फल स्वरूप है। इसलिए मैं लोगों को अपील करता हूं कि पंजाब में किसी तरह की आपसी लड़ाई नहीं है। जो कंगना रनौत ने बयान दिया है कि यहां सिख खालिस्तानी है, यहां ऐसा कुछ नहीं है, सद्भावना है, यहां प्यार है आपस में, कभी पंजाब में हिंदू सिख की लड़ाई नहीं हुई है। इसलिए मैं सूबे के बाहर जो लोग हैं उनको भी अपील करता हूं कि शांति बना के रखें, ऐसी कार्रवाई ना करें, और जिन्होंने ये कार्रवाई की है उनके ऊपर कार्रवाई हो, मैं ऐसी मांग करता हूं। और मैं लोगों से अपील करता हूं कि बीजेपी की नफरत की राजनीति है जो, इसको जिस तरीके से देश में इस बार पीछे किया गया है, इसको पीछे धकेलें और प्यार आना चाहिए आगे, और आपस में प्यार रखना चाहिए। क्या लगता है कि कंगना के बयान के बाद ही ऐसा हमला हो रहा है? ये जो हमले हो रहे हैं, ये कंगना ने जो बयान दिया है कि यहाँ खालिस्तानी है, ऐसा कुछ नहीं है, ये नफरत फैला रहे हैं लोग, इसको समझना चाहिए, आपस में प्यार रखना चाहिए। सर, देश में जो एक हमला हुआ है तीर्थ यात्रियों की बस में, उसमें आतंकी कनेक्शन सामने आया पाकिस्तान का, और देश भर में विरोध होना भी शुरू हो गया है। लोग कह रहे हैं कि इनके साथ सभी नाते तोड़ देने चाहिए, यहाँ तक कि क्रिकेट मैच भी नहीं होना चाहिए। ऐसा है कि मैं फिर कहता हूँ कि जो भी ऐसे हमले होते हैं उनका इंटेलिजेंस को देखना चाहिए, वो कौन लोग हैं जो हमले करते हैं, उनको पकड़कर मारना चाहिए। और सरकार आज बीजेपी के पास है, पहले भी बीजेपी के साथ पास थी, ऐसे हमले क्यों होते हैं उनको रोकना चाहिए, और जो भी ऐसा हमला करने वाला है उस पर सख्त कार्रवाई होनी चाहिए, चाहे वो कोई भी हो। पाकिस्तान को मुंह तोड़ जवाब देना चाहिए भारत को? अरे पता तो चले ना, अगर उनका है तो उनको जवाब दो, जो भी करता है, ये इंटेलिजेंस फेल्योर है। क्यों होते हैं ऐसे, इंटेलिजेंस को पहले से क्यों नहीं पता चलता, वो कौन बंदे, उनकी शनाख्त करके उनको पकड़ कर क्यों नहीं अंदर दिया जाता। और मैं कहता हूँ कि सख्त कार्रवाई होनी चाहिए, चाहे वो कोई भी हो, चाहे पाकिस्तान हो, चाहे कोई हो, जिसके जो भी जिम्मेवार है हमारे लोगों को मारने के लिए, उनको वैसे ही जवाब मिलना चाहिए।